ਗਿਆਨੀ ਪੂਰਨ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਪ ਜੀ ਨੂੰ ਆਪਣੇ ਸੰਕੋਚਵੇਂ ਸਮੇਂ ਅੰਦਰ ਵਿਕਾਸ ਲਾਣਗੇ। ਬੜੇ ਪਿਆਰ ਸਾਹਿਬ ਆਪ ਜੀ ਸ਼੍ਰਵਣ ਕਰੋ। ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਤਿਕਾਰ ਸਨਮਾਨਯੋਗ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਜੀਓ, ਦੀਨ ਦੁਨੀਆਂ ਦੇ ਮਾਲਕ, ਲੋਕ ਪ੍ਰਲੋਕ ਦੇ ਰੱਛਕ, ਕਲਯੁਗੀ ਜੀਵਾਂ ਦੇ ਦੁੱਖਾਂ ਰੂਪੀ ਸਮੁੰਦਰ ਤੋਂ ਪਾਰ ਉਤਾਰਾ ਕਰਨ ਵਾਲੇ ਸ਼ਬਦਾ ਅਵਤਾਰ ਨਾਮ ਦੇ ਜਹਾਜ਼ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਗੋਦ ਵਿੱਚ ਬਿਰਾਜਮਾਨ ਹੋ ਕੇ ਵਾਹਿਗੁਰੂ ਅਕਾਲ ਪੁਰਖ ਦੇ ਜਸ ਵਿੱਚ ਗੁੰਸਤ ਕੀਤੀ ਹੋਈ ਅਲਾਹੀ ਬਾਣੀ ਦੇ ਰਤ ਨੇ ਕੀਰਤਨ ਦੇ ਆਨੰਦ ਨੂੰ ਮਾਣ ਰਹੇ ਹੋ। ਸਤਿਗੁਰਾਂ ਦੇ ਦਰੋਂ ਵਰਸਾਏ ਹੋਏ ਸਤਿਗੁਰਾਂ ਦੇ ਅਨੰਦ ਸੇਵਕ ਨਾਮ ਦੇ ਰਸੀਏ ਤਾਂ ਗੁਰੂ ਕੀ ਕੀਰਤੀ ਦੇ ਨਾਲ ਬਹੁਤ ਭਾਰੀ ਹਿੱਤ ਰੱਖਣ ਵਾਲੇ ਸੰਤ ਬਾਬਾ ਸੁੱਚਾ ਸਿੰਘ ਜੀ, ਜੋ ਮਹਾਂਪੁਰਸ਼ ਜਿਨ੍ਹਾਂ ਨੇ ਇੱਥੇ ਬਰਾਜਨਾ ਕਰਕੇ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ ਇਬਾਦਤ ਕੀਤੀ, ਨਾਮ ਜਪਣਾ ਕੀਤਾ ਅਤੇ ਜਪਾਇਆ। ਐਸੇ ਮਹਾਂਪੁਰਸ਼ ਵਾਹਿਗੁਰੂ ਅਕਾਲ ਪੁਰਖ ਵੱਲੋਂ ਭੇਜੇ ਹੋਏ ਜਗਤ ਵਿੱਚ ਆਉਂਦੇ ਹਨ ਅਤੇ ਉਹਦੇ ਸੱਦੇ 'ਤੇ ਚਲੇ ਜਾਂਦੇ ਹਨ। ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੇ 2 ਮਿੰਟ ਦਾ ਬੇਨਤੀ ਕਰੇਗਾ, ਹੋਰ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਪਦ ਬਹੁਤ ਵਿਲੱਖਣ ਹੈ ਅਤੇ ਸੰਤ ਪਦ ਤੋਂ ਸਭੇ ਦੇ ਵਿਦਵਾਨ ਘਿਰਣਾ ਕਰ ਰਹੇ ਹਨ, ਬੁਰਾ ਲੱਗ ਰਿਹਾ ਬਹੁਤ ਜ਼ਿਆਦਾ, ਕਿਉਂਕਿ ਸੁਣਨ ਵਾਸਤੇ ਵੀ ਤਿਆਰ ਨਹੀਂ ਹਨ, ਜਾਂ ਉਹ ਇਸ ਕਿਰਿਆ ਤੋਂ ਹੀ ਅਣਜਾਣ ਹਨ, ਜਾਂ ਇਉਂ ਵੀ ਕਹਿ ਲਿਆ ਜਾ ਸਕਦਾ ਕਿ ਜਿਸ ਮਨੁੱਖ ਨੇ ਇਸ ਬੰਨੇ ਨੂੰ ਕਦਮ ਵੀ ਨਾ ਪੁੱਟਿਆ ਹੋ, ਕਿਉਂਕਿ ਇਹ ਇੱਕ ਅਵ ਘੱਟ ਘਾਟੀ ਰਾਮ ਕੀ ਤੈਂ ਚੜ ਰਹੋ ਕਭੀ, ਇਹ ਘਾਟੀ ਹੈ ਔਖੀ, ਇਸ ਬੰਨੇ ਨੂੰ ਤੁਰਨਾ ਵੀ ਬਹੁਤ ਕਠਿਨ ਹੈ। ਅਤੇ ਜੇ ਕੋਈ ਤੁਰਦਾ, ਗੁਰਬਾਣੀ ਦੇ ਵਿੱਚ ਵੀ ਵਾਕ ਹੈ, ਕਿਤੇ ਪਦ ਰੱਖਿਆ ਹੈ ਸੰਤ ਸਰਨ ਜੋ ਜਨ ਪਰੇ, ਬਹੁ ਵਾਚਕ ਹੈ, ਜਿਹੜਾ ਵੀ ਜਿਹੋ ਜਿਹਾ ਵੀ ਹੋਵੇ, ਇਹੋ ਜਿਹੀ ਕਿਰਿਆ ਦਾ ਧਾਰਨੀ ਹੋਵੇ, ਪਰ ਉਹ ਸ਼ਰਨ ਗ੍ਰਹਿਣ ਕਰ ਲੈ, ਪਰ ਹੋਵੇ ਸੰਤ ਅੱਗੇ। ਸੋ ਜਨ ਉਧਰਨ ਹਾਰ, ਉਹਦਾ ਉਧਾਰ ਹੋਵੇਗਾ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ, ਕਿਉਂਕਿ ਗੁਰਮੁਖਾਂ ਨੇ ਕਿਹਾ ਕਿ ਮਿੰਟ ਕੇਵਲ ਮਿੰਟਾਂ ਦੇ ਵਿੱਚ ਹੀ 2-4 ਦੇ ਵਿੱਚ ਬੇਨਤੀ ਕਰਨੀ ਹੈ, ਅਤੇ ਬਹੁਤ ਹੀ ਗੁਰਮੁਖ ਪਿਆਰੇ ਪ੍ਰਭੂ ਦੇ ਦਰੋਂ ਵਰਸਾਏ, ਜਿਨ੍ਹਾਂ ਦਾ ਉਹਨਾਂ ਨਾਲ ਗਾਢਾ ਹਿੱਤ ਸੀ।
ਰਾਤ ਵੀ ਗਾਏ ਬਗਾਏ ਮਿਲਦਾ ਸੀ ਤਾਂ ਉਹ ਵੀ ਮਿਲਦੇ ਸਨ। ਇੱਥੇ ਆਣ ਕੇ ਕੁਝ ਦੁਬਾਰਾ ਪਤਾ ਵੀ ਲੈ ਕੇ ਗਿਆ। ਇਸ ਕਰਕੇ ਬੇਨਤੀ ਪ੍ਰਭੂ ਦੇ ਦਰੋਂ ਵਰਸਾਈਆਂ ਰੂਹਾਂ ਇੱਥੇ ਪੁੱਜੀਆਂ। ਕੁਝ ਨੇ ਕੀਰਤਨ ਕਰਨਾ ਹੈ, ਕੁਝ ਨੇ ਬਚਨ ਬਲਾਸ ਆਦਿ ਨਾਲ ਸਾਂਝੇ ਕਰਨੇ ਹੈ, ਅਤੇ ਦਾਸ ਜੇ ਸਮਾਂ ਲਾਉਣ ਲੱਗ ਪਏ ਤਾਂ ਫਿਰ ਭਾਈ ਗੁਰਮੁਖੋਂ ਕਈ ਗੱਲਾਂ ਕਰਨ ਵਾਲੀਆਂ ਬੜੀਆਂ ਜ਼ਰੂਰੀ ਉਹ ਇਸ ਸਮੇਂ ਨਹੀਂ ਕੀਤੀਆਂ ਜਾ ਸਕਦੀਆਂ। ਇਸ ਕਰਕੇ ਗੁਰੂ ਕੇ ਪਿਆਰਿਓ ਸੰਤ ਦਾ ਸਰੂਪ ਗੁਰਬਾਣੀ ਵਿੱਚ ਵੀ ਅੰਕਿਤ ਹੈ। ਅਤੇ ਮੈਂ ਇੱਕ ਮਿੰਟ ਦੀ ਬੇਨਤੀ ਸਮਾਪਤੀ ਕਰ ਦੇਣੀ ਹੈ। ਇੱਕ ਮਹਾਂਪੁਰਸ਼ ਹੋ ਸਕਦਾ ਬਹੁਤ ਵਿਦਵਾਨਾਂ ਨੇ ਉਸ ਗ੍ਰੰਥ ਨੂੰ ਪੜ੍ਹਿਆ ਹੋਵੇ, ਬਹੁਤ ਪ੍ਰਾਚੀਨ ਗ੍ਰੰਥ ਹੈ। ਉਹਦੇ ਵਿੱਚ ਉਹਨੇ ਜੋ ਪਦ ਰੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਮਿਲਦਾ, ਭਾਵ ਕੁਝ ਉਹਦੇ ਭਾਵ ਮਿਲਦੇ ਹਨ। ਗੁਰਬਾਣੀ ਵਿੱਚ ਵੀ ਅੰਕਿਤ ਹੈ ਪਦ, ਅਤੇ ਉਹਨੇ ਵੀ ਇਹ ਗੱਲ ਲਿਖੀ ਹੈ ਆਪਣੇ ਗ੍ਰੰਥ ਵਿੱਚ। ਉਹਨੇ ਲਿਖਿਆ ਸਾਧਕ ਸੰਗਤ ਮੈਂ ਰਹਿ, ਕਿਉਂਕਿ ਕੁਸੰਗਤ ਮਾੜੀ ਮੰਨੀ ਗਈ ਹੈ। ਸਾਧਕ ਸੰਗਤ ਮੈਂ ਰਹਿ ਕਿਸੇ ਨਾ ਬੇਕਾਰ ਗੰਤ, ਜਿਉਂ ਚੰਦਨ ਸਰਪਨ ਵਿਖੇ ਸੀਤਲਤਾ ਨਾ ਤਜੰਤ। ਇਹ ਉਹਦਾ ਪਦ ਹੈ ਉਸ ਗ੍ਰੰਥ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਵਾਕ ਹੈ ਸੰਤ ਨਾ ਸਾਡੇ ਸੰਤ ਹੀ, ਜੋ ਕੋਟਕ ਮਿਲੇ ਅਖੰਤ, ਮੁਲਿਆਗਰ ਕੋਈ ਅੰਗਮ ਭੇਜਿਓ ਤਾਂ ਸੀਤਲਤਾ ਨਾ ਤਜੰਤ। ਪਦ ਮਿਲਦੇ ਹਨ, ਉਹਨੇ ਚੰਦਨ ਕਿਹਾ, ਇੱਥੇ ਮੁਲਿਆਗਰ ਕਿਹਾ, ਉੱਥੇ ਉਹਨੇ ਉਹ ਸੰਗਤ ਕਹੀ ਹੈ, ਇੱਥੇ ਕੋਟਕ ਕਿਹਾ ਸੱਚੇ ਪਾਤਸ਼ਾਹ ਜੀ ਨੇ ਵੀ ਆ ਸੰਤ ਮਿਲ ਜਾਣ ਅਤੇ ਸੰਤ ਆਪਣੇ ਭਾਵ ਨੂੰ ਨਹੀਂ ਕਰਦਾ। ਦੂਜਾ ਪਦ ਉਹਨੇ ਰੱਖਿਆ ਸਾਧ ਸਿੰਧ ਦੋਨੋਂ ਅਚਲ, ਸਾਧ ਅਤੇ ਸਿੰਧ ਸਮੁੰਦਰ ਦੇ ਨਾਲ ਸੁਦਰਸ਼ਤਾ ਦਿੱਤੀ ਹੈ ਕਿ ਉਹ ਚਲਾਏਮਾਨ ਨਹੀਂ ਹੋ ਸਕਦਾ। ਜੇ ਚਲਾਏਮਾਨ ਹੋ ਜਾਏ ਤਾਂ ਸਾਰੀ ਦੁਨੀਆਂ ਦੇ ਉੱਤੇ, ਇੱਕ ਟੀਕਾਕਾਰ ਨੇ ਜੋ ਬਹੁਤ ਪ੍ਰਾਚੀਨ ਟੀਕਾ ਹੈ ਜਿਹਨੂੰ ਵੇਖ ਕੇ ਆਮ ਲੋਕਾਂ ਨੇ ਮੁੜ ਕੇ ਟੀਕੇ ਕੀਤੇ, ਫੀਲ ਕੋਟੀ ਟੀਕਾ, ਉਹਦੇ ਵਿੱਚ ਇਹ ਪਦ ਲਿਖਿਆ ਹੋਇਆ ਕਿ ਸੋਲਾਂ ਸੋਲਾਂ ਕੋਹ ਉੱਚਾ ਪਾਣੀ ਹੋ ਸਕਦਾ ਹੈ ਸਾਰੀ ਧਰਤੀ ਉੱਤੇ, ਜਿੰਨਾ ਵੱਧ ਜਾ ਲਿਆ ਧਰਤੀ ਨਾਲੋਂ। ਪਰ ਸਾਗਰ ਪੰਡੇ ਆਇਆ ਬੇਦੀ ਕੇ ਗੁਣ ਸੁਣਰੀ ਬਾਈ, ਜਲਦ ਬਾਂਧ ਤੂੰ ਆਪੇ ਉੱਠੋ। ਉਹਦੇ ਹੁਕਮ ਵਿੱਚ ਬੱਝਾ ਹੋਇਆ ਸਾਧ ਸਿੰਧ ਦੋਨੋਂ ਅਚਲ, ਸਦਾ ਅੰਤ ਅਰ ਆਦ, ਦੇਖਦਾ ਸੋ ਚਲੇ ਪਈ ਤਉ ਨਾ ਤਜੇ ਮਰਜਾਦ। ਸਾਧ ਮਰਜਾਦਾ ਤੋਂ ਬਾਅਦ ਨਹੀਂ ਜਾ ਸਕਦਾ, ਜੇ ਜਾਵੇਗਾ ਤਾਂ ਫਿਰ ਦੁਨੀਆਂ ਦੇ ਲੋਕ ਇੰਤਜ਼ਾਰ ਕਰਨਗੇ। ਗੁਰਮੁਖ ਪਿਆਰੇ ਸਨ, ਪ੍ਰਭੂ ਦੇ ਚਰਨਾਂ ਕਮਲਾਂ ਨਾਲ ਜੁੜੇ ਸਨ, ਅਤੇ ਕੀਰਤਨ ਦੀ ਬਹੁਤ ਮਨ ਦੇ ਵਿੱਚ ਭਾਵਨਾ ਸੀ, ਅਤੇ ਰਾਗਾਂ ਵਿੱਚ ਕੀਰਤਨ ਕਰਾਉਣ ਦੀ ਰੁਚੀ ਜਾਗੀ, ਅਤੇ ਇਸ ਅਸਥਾਨ 'ਤੇ ਕਈ ਉਹਨਾਂ ਨੇ ਰਾਗ ਦਰਬਾਰ ਕਰਾਏ। ਇਸ ਕਰਕੇ ਬਹੁਤ ਸੰਗਤਾਂ ਅਤੇ ਗੁਰੂ ਕੇ ਪਿਆਰੇ ਗੁਰੂ ਕੇ ਕੀਰਤਨੀਆਂ ਵੀ ਉਹਨਾਂ ਨਾਲ ਜੁੜੇ, ਉਹ ਪ੍ਰਭੂ ਦੀ ਬਖਸ਼ਿਸ਼ ਕੀਤੀ ਹੋਈ ਆਗਿਆ ਆਰਜੂ ਨੂੰ ਭੋਗਦੇ ਹੋਏ ਪ੍ਰਭੂ ਚਰਨਾ ਕਮਲਾ ਵਿੱਚ ਜਾ ਵਰਾਜੇ ਹਨ। ਉਹਨਾਂ ਦੀ ਆਤਮਾ ਦੀ ਸ਼ਾਂਤੀ ਕਲਿਆਣ ਦੇ ਸਮੂਹ ਸੰਗਤਾਂ ਨੇ ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲ ਤੱਕ ਕੀਤੇ ਹਨ। ਗੁਰੂ ਕੇ ਪਿਆਰੇ ਬਚਨ ਬਹੁਤ ਕਰਨ ਵਾਲੇ ਹਨ,
ਗੁਰੂ ਗ੍ਰੰਥ ਸਾਹਿਬ ਜੀ ਨਾਲ ਤੋੜਨ ਦੇ ਵੀ ਕਦਮ ਕੋਈ ਗੱਲਾਂ ਕਹਿਣ ਵਾਲੀਆਂ ਨੇ ਜਿਹੜੀਆਂ ਕਿ ਕਈਆਂ ਜਾ ਸਕਣ, ਗੁਰੂ ਸਮਾਪ ਬਖਸ਼ੇ, ਸਮਾਂ ਆਵੇਗਾ ਕਿਤੇ ਫੇਰ ਦਾਸ ਕਿਸੇ ਦੇ ਪੱਖ 'ਤੇ ਬੇਨਤੀ ਕਰੇਗਾ, ਗੁਰੂ ਕਿਰਪਾ ਕਰੇ, ਗੁਰਮੁਖਾਂ ਨੇ ਅਰਦਾਸ ਕੀਤੀ ਹੋਵੇਗੀ ਜੋ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ, ਉਹ ਗੁਰਮੁਖ ਪਿਆਰੇ ਦੇ ਨਿਮਿੱਤ ਅਤੇ ਇਕੱਲੇ ਮਨੁੱਖ ਵੱਲੋਂ ਕੋਈ ਅਰਦਾਸ ਨਹੀਂ, ਸਮੂਹ ਸੰਗਤ ਨੇ ਮਿਲ ਕੇ ਕੀਤੀ ਹੈ, ਪ੍ਰਭੂ ਕਿਰਪਾ ਕਰਨਗੇ, ਐਸੇ ਪ੍ਰਭੂ ਪਿਆਰੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਕਰਨਗੇ, ਪੁੰਨਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ।